ਸਤਿ ਸ਼੍ਰੀ ਅਕਾਲ ਜੀ। ਆਹ ਮਸ਼ੀਨ ਹੈਗੇ ਜੀ ਆਪਣੀ ਪੇਰਾ ਫੀਲਡ ਜਲੰਧਰ। ਇਹ ਪੜਦੇ ਸੀਗੇ ਪੁਖਰਾਜ ਫੀਡ ਵਾਸਤੇ। ਇਹ ਪੁਖਰਾਜ ਤੋਂ ਇਹ ਖੇਤ ਦੇ ਵਿੱਚ ਆਪਣਾ ਅੱਧਾ 7008 ਲੱਗਿਆ ਹੋਇਆ। ਆਹ 7008 ਹੈ ਜੀ, ਇਹ ਪੁਖਰਾਜ ਹੈ ਤੇ ਇੱਕੋ ਦਿਨ ਦੀ ਇਹ ਬਿਜਾਈ ਹੈ ਜੀ। ਇਹ ਵੱਟਾਂ ਤੋਂ 7008 ਸ਼ੁਰੂ ਹੋ ਗਿਆ। ਦੇਖੋ ਕਿੰਨਾ ਵਧੀਆ ਸਾਈਜ਼ ਬਣਿਆ ਪਿਆ। ਇੱਕੋ ਦਿਨ ਦਾ ਇਹੀ ਪੁਖਰਾਜ ਸੀਗਾ। ਆਹ ਪੁਖਰਾਜ ਆ, ਇੱਕੋ ਦਿਨ ਦੀ ਬਿਜਾਈ ਆ ਦੋਨੇ ਖੇਤਾਂ ਦੀ। ਇੱਕੋ ਹੀ ਆਪਣਾ ਇਹਨਾਂ ਦੇ ਵਿੱਚ ਖੁਰਾਕ ਪਈ ਹੋਈ ਹੈ, ਸਾਰਾ ਕੁਛ ਇੱਕੋ ਜਿਹੇ। ਜਾਣੀ 7008 ਪੁਖਰਾਜ ਦੇ ਟੱਕਰ ਦੀ ਓਪਰੇਟੀ ਹੈ ਇਹ। ਕੁਫਰੀ ਉਦੇ ਦੇ ਨਾਂ 'ਤੇ ਆ ਹੁਣ ਇਹ, ਪਹਿਲਾਂ 7008 ਸੀ, ਹੁਣ ਕੁਫਰੀ ਉਦੇ ਬਣ ਗਈ ਇਹ। ਕੁਫਰੀ ਉਦੇ ਦਾ ਨਾਂ ਰੱਖਿਆ। ਹਜੇ ਹੁਣ ਵੀ ਇਹਦੇ ਵਿੱਚ ਜਾਣੀ ਓਵਰ ਆਲੂ ਹੋ ਗਿਆ, ਮੋਟਾ ਆਲੂ ਜ਼ਿਆਦਾ ਹੋ ਗਿਆ ਪੁਖਰਾਜ ਨਾਲੋਂ। ਸਾਈਜ਼ ਇਹਦਾ ਜ਼ਿਆਦਾ, ਦਾਣਾ ਵੀ ਜ਼ਿਆਦਾ। ਇਹ ਆਪਾਂ ਨੇ 9 ਨਵੰਬਰ ਨੂੰ ਬਿਜਾਈ ਕਰੀ ਸੀਗੀ ਇਹਦੀ। ਤਕਰੀਬਨ ਇਹ 65-70 ਕੁ ਦਿਨ ਦਾ ਹੀ ਆਲੂ ਆ, 70 ਕੁ ਦਿਨਾਂ ਦਾ ਹੀ, 65 ਕੁ ਦਿਨਾਂ ਦੀ ਆ ਤਕਰੀਬਨ, 65 ਕੁ ਦਿਨ ਦੇ ਕਰੀਬ ਕਰੀਬ ਆਲੂ ਆ ਇਹ। ਦੇਖਦੇ ਹਾਂ, ਵਧੀਆ ਵਧੀਆ ਝਾੜ ਹੈ ਵਰਾਇਟੀ ਦਾ ਅਤੇ ਪੁਖਰਾਜ ਵੀ, ਅਤੇ ਦੋਨੇ ਹੀ ਇੱਕੋ ਦਿਨ ਲਾਏ ਨੇ ਅਤੇ ਕੰਪੈਰੀਜ਼ਨ ਕਰਕੇ ਇੱਕੋ ਖੇਤ 'ਚ ਲਾਇਆ ਸੀ ਆਪਾਂ ਨੇ, ਅਤੇ ਬਰਾਬਰ ਇੱਕੋ ਹੀ ਖੁਰਾਕ ਪਈ ਹੈ, ਇੱਕੋ ਹੀ ਸਾਰਾ ਕੁਛ ਹੈਗਾ। ਅਤੇ ਝਾੜ ਮੈਨੂੰ ਪੁਖਰਾਜ ਨਾਲੋਂ ਮੈਨੂੰ ਥੋੜ੍ਹਾ ਵੱਧੇ ਲੱਗਦਾ, ਜਾਣੀ ਬਰਾਬਰ ਦਾ ਹੀ ਸਮਝ ਲਓ, ਪੁਖਰਾਜ ਦੀ ਟੱਕਰ ਦਾ ਹੀ ਆਲੂ ਹੈ। ਬਹੁਤ ਸ਼ਾਨਦਾਰ ਹੈ। ਬਾਕੀ ਮਸ਼ੀਨ ਵੀ ਬਹੁਤ ਵਧੀਆ ਹੈ। ਨੰਬਰ 1 ਤਾਂ ਨਾ ਮਸ਼ੀਨਾਂ ਆਮ ਮਸ਼ੀਨਾਂ ਉਰੋਂ ਮੂਹਰਿਓਂ ਭਰੀ ਜਾਂਦੀਆਂ ਹੁੰਦੀਆਂ ਨੇ। ਇਹਦੇ ਉੱਤੇ ਇੱਕ ਨਾ ਤੁਸੀਂ ਦੇਖੋ ਵੱਟ ਦੀ ਵੱਟੇ ਇਹਦੇ ਸਿੱਧੀ ਚੜ੍ਹਦੀ ਆ ਅਤੇ ਭਰਦੀ ਨਹੀਂ ਹੈਗੀ ਮਸ਼ੀਨ ਜਮੀ। ਪਿਛਲੇ ਸਾਲ ਲਈ ਸੀ ਆਪਾਂ ਇਹ, ਪਹਿਲਾਂ ਵੀ ਆਪਣੇ ਕੋਲ ਸੇਰਾ ਫੀਲਡ ਦੀ ਮਸ਼ੀਨ ਚੱਲਦੀ ਸੀ ਅਤੇ ਹੁਣ ਉਹਨਾਂ ਨੇ ਪਿਛਲੇ ਸਾਲ ਇਹ ਦਿੱਤੀ ਸੀ। ਥੋੜ੍ਹੀ ਚੜਾਈ ਵੀ ਉਹਨਾਂ ਨੇ ਜ਼ਿਆਦਾ ਕਰਤੀ, ਲੰਬਾਈ ਵੀ ਵਧਾ ਤੀ ਅਤੇ ਮੇਨ ਇਹਨਾਂ ਦੀ ਇਹ ਵੀ ਮੂਹਰਿਓਂ ਭਰਦੀਆਂ ਨਹੀਂ ਹੈਗੀਆਂ, ਸਿਰੇ 'ਤੇ ਢੇਰੀ ਨਹੀਂ ਲਾਉਂਦੀ ਹੈਗੀ ਮਸ਼ੀਨ। ਟਰੈਕਟਰ ਆਪਣੇ ਆਹ 475 ਹੀ ਆ, DI ਕਰਾਇਆ ਹੋਇਆ ਇੰਟਰ ਦਾ, 73 ਮਾਡਲ ਟਰੈਕਟਰ ਆ ਇਹ, ਭਾਗਾਂ ਵਾਲਾ ਟਰੈਕਟਰ। ਇਹਨੂੰ ਆਪਾਂ ਵੇਚਦੇ ਨਹੀਂ, ਮੈਂ ਅੱਗੇ ਵੀ ਗੱਲ ਕਰੀ ਤੀ, ਅਤੇ ਬਹੁਤ ਬਰਕਤ ਹੁੰਦੀ ਹੈ ਟਰੈਕਟਰ ਦੇ ਨਾਲ, ਮਸ਼ੀਨ ਨੂੰ ਵੀ ਆਰਾਮ ਨਾਲ ਚਲਾਉਂਦਾ ਹੈ।